ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਐਚਪੀ ਮਿੰਦਰਾ ਬਲੌਗ ਵਿੱਚ। ਹੁਣ ਹੋ ਗਏ ਆ 11:30 ਤੋਂ ਉੱਪਰ ਹੋ ਗਿਆ, 12:15 ਹੋ ਚੱਲੇ ਆ ਸਵੇਰ ਦੇ। ਹਾਂਜੀ ਇੱਧਰ ਮੰਮੀ ਭਾਂਡੇ ਸਾਫ਼ ਕਰਦੇ ਪਏ ਸੀ ਅਤੇ ਕੰਬਲੀ ਆਂਟੀ ਕਰਦੇ ਪਏ ਸਫਾਈ। ਇੱਧਰ ਪਾਏ ਆ ਰਾਜਮਾਂਹ ਭਿੱਜਣੇ ਇਹਨਾਂ ਦੀ ਆ ਕੇ। ਹੁਣ ਮੈਂ ਸਬਜ਼ੀ ਪਹਿਲਾਂ ਸੁੱਕਣੇ ਪਾਏ ਜੀ ਕੱਪੜੇ ਅਤੇ ਆਂਟੀ ਕਰਨ ਲੱਗੇ ਆ ਸਫਾਈ। ਚਲੋ ਲਾਉਂਦੇ ਹਾਂ ਤੜਕਾ ਤਾਂ ਫਿਰ ਮਿਲਦੇ ਹਾਂ। ਲਓ ਜੀ ਅਸੀਂ ਲੱਗੇ ਹਾਂ ਰਾਜਮਾਂਹ ਨੂੰ ਤੜਕਾ ਲਾਉਣ। ਇੱਧਰ ਟਮਾਟਰ ਕਰ ਲਿਆ ਆ ਗ੍ਰੈਂਡ, ਟਮਾਟਰ ਅਦਰਕ ਅਤੇ ਮਿਰਚਾਂ ਅਤੇ ਇੱਧਰ ਲਵਾ ਲਈਆਂ ਆ ਸੀਟੀਆਂ ਰਾਜਮਾਂਹ ਨੂੰ। ਚਲੋ ਜੀ ਹੁਣ ਲਾਉਂਦੇ ਹਾਂ ਤੜਕਾ ਤੁੜਕਾ ਲਾ ਕੇ ਚਾਵਲ ਚੂਵਲ ਬਣਾ ਕੇ ਫਿਰ ਤੁਹਾਨੂੰ ਦਿਖਾਲਦੇ ਹਾਂ। ਹਾਂਜੀ ਸਫਾਈਆਂ ਵੀ ਹੋ ਗਈਆਂ ਆ, ਅਸਾਂ ਲਸਣ ਕਿਲ ਕੇ ਰੱਖਿਆ। ਹਾਂਜੀ ਕਰ ਲਓ ਤੁਸੀਂ, ਮੈਂ ਤੁੜਕਾ ਲਾ ਲਵਾਂ। ਕੱਪੜੇ ਮੈਂ ਸੁੱਕਣੇ ਪਾਇਆ ਹੀ ਆ, ਤੜਕਾ ਤੁੜਕਾ ਲਾ ਕੇ ਫਿਰ ਦੇਖਦੇ ਆ ਕੋਈ ਕੰਮ ਹੈ ਨਾ। ਚਾਵਲ ਹੀ ਬਣਾਉਣੇ ਆ, ਆਟਾ ਸਵੇਰੇ ਗੁੰਨ ਲਿਆ ਸੀ ਹੈ। ਬਾਕੀ ਦੇਖੋ ਪੱਲੂ ਵਾਂਦੀ ਕੀ ਦੱਸਦੀ ਆ। ਕੀ ਹੋਇਆ ਨੀ ਦਾਦੀ? ਪਿਆਜ਼ ਕੌੜਾ ਲੱਗਦਾ ਤੁਹਾਡੇ? ਪੱਲੂ ਨੂੰ ਬਹੁਤ ਕੌੜਾ ਲੱਗਦਾ ਆ। ਮੈਨੂੰ ਪਤਾ ਕੀ ਕਹਿੰਦੀ, ਕਹਿੰਦੀ ਮੰਮਾ ਤੁਸੀਂ ਪਤਾ ਨਹੀਂ ਕਿੱਦਾਂ ਕਹਿੰਦੀ ਰਸੋਈ 'ਚ ਕੰਮ ਕਰਦੇ ਆ। ਮੈਂ ਕਿਹਾ ਪੁੱਤ ਇੱਦਾਂ ਹੀ ਆ, ਜਦ ਤੂੰ ਵੱਡਾ ਹੋ ਜਾਣਾ ਆ, ਮੈਂ ਕਿਹਾ ਤੂੰ ਵੀ ਤਾਂ ਇੱਦਾਂ ਕਰਿਆ ਕਰਨਾ ਆ ਕੰਮ। ਜਦੋਂ ਮੈਂ ਕਿਹਾ ਬੱਚੇ ਵੱਡੇ ਹੋ ਜਾਂਦੇ ਪੁੱਤ ਆਪੇ ਸਾਰੇ ਕੰਮ ਆ ਜਾਂਦੇ ਹੁੰਦੇ। ਆਹ ਚਲੋ ਲਾ ਲਈਏ ਤੁੜਕਾ, ਫਿਰ ਤੁਸੀਂ ਕਰ ਲਓ ਪਾਠ ਹੈ ਨਾ। ਹਾਂਜੀ ਇੱਧਰ ਲਾ ਦਿੱਤਾ ਆ ਮੈਂ ਰਾਜਮਾਂਹ ਨੂੰ ਤੜਕਾ। ਚਲੋ ਹਲੇ ਗ੍ਰੇਵੀ ਇਹਦੀ ਰਿੱਝ ਕੇ ਗਾੜੀ ਹੋਣੀ ਆ, ਕਿਉਂਕਿ ਹਲੇ ਤਾਂ ਪੱਕੀ ਆ, ਉਹ ਤਾਂ ਹੁਣੇ ਤੜਕਾ ਲੱਗਾ। ਇੱਧਰ ਪਾ ਦਿੱਤੇ ਆ ਮੈਂ ਚਾਵਲ ਭਿੱਜਣੇ, ਰਾਜਮਾਂਹ ਚਾਵਲ ਬਣਾਵਾਂਗੇ, ਗਲਾਸੀ ਭਿੱਜਣੇ ਕੁੱਕਰ ਕਾਕਰ ਭਾਂਡੇ ਵਿਹਲੇ ਕਰਤੇ। ਹੁਣ ਮੈਂ ਭਾਂਡੇ ਕਰਦੀ ਹਾਂ ਸਾਫ਼, ਸਫਾਈਆਂ ਸਾਡੀਆਂ ਕੰਮ ਕੁੰਮ ਸਾਰਾ ਹੋ ਗਿਆ ਅਤੇ ਹੁਣ ਚਾਵਲ ਬਣਾਵਾਂਗੇ ਥੋੜ੍ਹੀ ਦੇਰ ਰੋਕ ਕੇ ਅਤੇ ਸਬਜ਼ੀ ਬਣ ਜੂਗੀ ਅਤੇ ਬਾਕੀ ਫਿਰ ਕਰਦੇ ਹਾਂ ਹੋਰ ਕੰਮ। ਲਓ ਜੀ ਟਾਈਮ ਹੋ ਗਿਆ ਆ 1:00 ਆ ਅਤੇ ਮੈਂ ਇੱਕ ਮੰਮੀ ਲਈ ਲਿਆਈ ਸੀ ਸ਼ਰਟ ਅਤੇ ਇਹਦੀ ਕਟਿੰਗ ਕਰ ਲਈਏ, ਠੀਕ ਆ। ਅਤੇ ਕਟਿੰਗ ਕਰਕੇ ਫਿਰ ਬਹਿੰਦੇ ਉੱਠਦੇ ਕਿਤੇ ਸੀ ਦਾਂਗੇ ਨਾ। ਅਤੇ ਇੱਧਰ ਚਾਵਲ ਵੀ ਬਣ ਗਏ ਆ, ਖੋਲਦੇ ਹਾਂ ਕੁੱਕਰ 2 ਮਿੰਟ ਰੁੱਕ ਕੇ। ਅਤੇ ਇੱਧਰ ਸਬਜ਼ੀ ਗਰਮ, ਚਲੋ ਸਬਜ਼ੀ ਮਿਲਦੇ ਹਾਂ ਫਿਰ ਤੁਹਾਨੂੰ ਦਿਖਾਲਦੇ ਹਾਂ ਸਬਜ਼ੀ ਕਿੱਦਾਂ ਦੀ ਸਾਡੀ ਬਣੀ ਆ। ਕਰ ਲਈਏ ਕੱਟੀਏ ਇੱਕ ਸ਼ਰਟ ਦੀ। ਲਓ ਜੀ ਇੱਧਰ ਸਾਡੇ ਚਾਵਲ ਵੀ ਬਣ ਗਏ ਆ ਅਤੇ ਇੱਧਰ ਸਾਡੀ ਸਬਜ਼ੀ ਵੀ ਹੋ ਗਈ ਆ। ਸਬਜ਼ੀ ਵਾਲਾ ਕਰ ਦਿੱਤਾ ਹੈ ਮੈਂ ਬੰਦ, ਠੀਕ ਆ। ਅਤੇ ਹੁਣ ਕਰ ਦਈਏ ਲਾਈਟ ਬੰਦ, ਹੁਣ ਜਦੋਂ ਰੋਟੀ ਖਾਣੀ ਹੋ ਗਈ ਉਦੋਂ ਖਾ ਲੈਣਗੇ, ਕਿਉਂਕਿ ਟਾਈਮ ਹਲੇ ਹੋਇਆ ਆ 1:30 ਆ। ਮੰਮੀ ਕੱਟਦੇ ਪਏ ਬੱਬੂ ਕੁਛ, ਅੱਜ ਪੱਲੂ ਨੇ ਵੀ ਹੈ ਨਾ 2:30 ਛੁੱਟੀ ਹੋਣੀ ਆ। ਪੱਲੂ ਨੇ 3:00 ਆਉਣਾ ਆ, ਹੈ ਨਾ, ਅੱਜ ਉਹਨੇ ਲੇਟ ਆਉਣਾ ਆ ਕਿਉਂਕਿ ਅੱਜ ਮੂਵੀ ਦੇਖ ਰਹੀ ਆ। ਬਾਕੀ ਆਇਆ ਤਾਂ ਦੱਸੂ ਕਿਤੇ ਕੀ ਹੋਇਆ। ਚਲੋ ਬਾਕੀ ਦੇਖਦੇ, ਇਹ ਵੀ ਨਹੀਂ ਆਏ ਹਲੇ ਦੁਕਾਨ ਤੋਂ। ਚਲੋ ਫਿਰ ਮਿਲਦੇ ਆ। ਆਪ ਹੋ ਰਹੀ ਆ ਜੀ ਪ੍ਰਮੋਸ਼ਨ ਦੀ ਵੀਡੀਓ ਲਾ ਕੇ ਤਾਂ ਇੱਧਰ ਸਾਰੇ ਬੈਠੇ ਆ, ਸਾਨੂੰ ਕਹਿੰਦਾ ਚੁੱਪ ਕਰਕੇ ਬਹਿ ਜਾਓ, ਬੋਲਣਾ ਨਹੀਂ ਹੈਗਾ। ਮੈਂ ਤਾਂ ਕਰਕੇ ਪਹਿਲਾਂ ਜਦੋਂ ਬੋਲਦਾ ਸੀ ਮੈਂ ਬੋਲਿਆ ਨਹੀਂ। ਬਾਕੀ ਜਦੋਂ ਰੀਲ ਬਣਾਉਣਗੇ ਨਾ
ਤੇ ਪਲਕ ਗਈ ਹੋਈ ਆ, ਆਊਗੀ ਨਾ ਫੇਰ ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਸ਼ੂਟਿੰਗ, ਕਿੰਨੇ ਟੇਕ ਲੈਂਦੇ ਜਾਂ ਕਿੱਦਾਂ ਸ਼ੂਟਿੰਗ ਕਰਦੇ ਆ। ਚਲੋ ਚੱਲ ਤੂੰ ਇੱਦਾਂ ਕਰ ਆਪਣੀ ਬਣਾ ਲਾ ਪਹਿਲਾਂ, ਬਾਕੀ ਫੇਰ ਅਸੀਂ ਕਰਦੇ ਹਾਂ। ਇੱਧਰ ਹੋ ਰਿਹਾ ਜੀ ਆਪਣਾ ਕੰਮ, ਇੱਧਰ ਦੇ ਦੇ ਪੈਨੂੰ ਸੱਸ ਰੀਲਾਂ, ਬੇਫਿਕਰ ਹੋ ਗਏ। ਟਾਈਮ ਹੋ ਗਿਆ ਜੀ 2:05 ਅਤੇ 2:15 'ਤੇ ਅਸੀਂ ਜਾਣਾ ਕੁੜੀ ਨੂੰ ਲੈਣ ਅੱਜ ਸਕੂਲੇ। ਅੱਜ ਉਹ ਗਈ ਹੋਈ ਮੂਵੀ ਦੇਖਣ, ਅਤੇ ਹੋ ਜਾਣਾ ਉਹਨੇ ਲੇਟ। ਹਾਂ ਮੂਵੀ ਦੇਖਣ ਗਈ ਆ, ਅਤੇ ਹੁਣ ਜੇ ਦੇਖੀ ਉਹਨੇ ਆ ਕੇ ਮੈਂ ਆਹ ਕੀਤਾ, ਇੱਦਾਂ ਹੋਈ, ਉਹ ਹੋਇਆ, ਇਹ ਕਿਉਂ ਲੈ, ਮੈਂ ਕਹਿੰਦਾ ਪੂਰੀ ਪੂਰੀ ਖੱਪ ਹੋਣੀ ਆ। ਇੱਧਰ ਰੀਲਾਂ ਦੇਖਦੇ ਪਏ ਆ ਦੋਨੋਂ, ਨੂੰ ਸੱਸ ਇਕੱਠੀਆਂ ਹੋ ਗਏ, ਰੈਸਪੀ ਦੇਖਦੇ ਆ। ਮੈਂ ਕਿਹਾ ਪਤਾ ਨੀ ਰੀਲਾਂ ਦੇਖਣ ਡਏ ਆ। ਹੈਂ ਸਕੂਲੇ ਜਾਣਾ ਉਹਨਾਂ ਨੇ, ਬੱਸ ਸਕੂਲ ਆ ਜਾਣੀ ਨਾ ਉੱਥੋਂ, ਅਤੇ ਸਕੂਲੋਂ ਫਿਰ ਉਹਨੂੰ ਲੈ ਕੇ ਆਉਣਾ ਨਾਲ, ਅਤੇ ਫਿਰ ਆਪਾਂ ਆ ਕੇ ਤੁਹਾਡੀ ਦੂਜੀ ਵੀਡੀਓ ਸ਼ੂਟ ਕਰਦੇ ਹਾਂ, ਨਾਲੇ ਵਲੌਗ 'ਚ ਦਿਖਾਵਾਂਗੇ ਸ਼ੂਟ ਕਿੱਦਾਂ ਕਰਦੇ ਹਾਂ। ਲਓ ਜੀ ਹੁਣ ਚੱਲੇ ਹਾਂ ਅਸੀਂ ਪਲਕ ਨੂੰ ਲੈਣ, ਟਾਈਮ ਹੋ ਗਿਆ ਆ 2:15। ਦੇਖਦੇ ਹੁਣ ਅੱਜ ਕਿੱਦਾਂ ਖੁਸ਼ ਹੁੰਦੀ ਆ ਕਿ ਗਰਮੀ ਲੱਗਦੀ ਕਿੱਦਾਂ ਹੁੰਦੀ ਆ। ਅੱਜ ਨਹੀਂ ਲੱਗਣੀ ਗਰਮੀ। ਚਲੋ ਮਿਲਦੇ ਆ ਫੇਰ ਸਕੂਲ ਜਾ ਕੇ, ਬੱਦਲ ਬਹੁਤ ਹੋਇਆ ਆ, ਬੱਦਲ ਹੋਇਆ, ਹਾਂ ਮੀਂਹ ਦਾ ਕੋਈ ਪਤਾ ਨਹੀਂ ਕਦੋਂ ਫੇਰ ਆ ਜਾਵੇ। ਚਲੋ ਮਿਲਦੇ ਆ। ਲਓ ਜੀ ਉਹ ਆ ਗਏ ਆ, ਦੇਖੋ ਗੱਡੀ ਦੇ ਸ਼ੀਸ਼ੇ ਜੇ ਦੇਖ ਰਿਹਾ ਮੈਂ। ਹਾਂ ਆ ਗਏ ਆ ਜੀ। ਲਓ ਜੀ ਆ ਜਾਓ ਜੀ। ਕੁਛ ਵੀ ਨਹੀਂ ਦਿੱਤਾ ਹਾਂ ਉਹਨਾਂ ਨੇ, ਮੈਂ ਤਾਂ ਪਹਿਲਾਂ ਕਹਿੰਦਾ ਕੁਛ ਵੀ ਨਹੀਂ ਦੇਣਾ ਹੈਗਾ, ਬੈਗ ਬੱਸਾਂ ਦੇ ਵਿੱਚ ਰੱਖ ਲਏ, ਹਾਂ ਚਿਪਸ ਚੁਪਸ ਵੀ ਨਹੀਂ ਖਾਣ ਦਿੱਤੇ ਇਹਨਾਂ ਨੂੰ। ਮੈਂ ਤਾਂ ਦੱਸਿਆ ਸੀਗਾ ਕੁਛ ਵੀ ਨਹੀਂ ਅੰਦਰ, ਉਹਨਾਂ ਨੇ ਕੁਛ ਵੀ ਨਹੀਂ ਸੀ ਜਾਣ ਦੇਣਾ, ਕੁਛ ਵੀ ਨਹੀਂ ਪੀਤੀ ਇਹਨੇ ਉਹਦੇ ਲਈ ਆਈ ਆ। ਪੈਸੇ ਵਾਪਸ ਲੈ ਆਈ ਉੱਥੇ, ਪੈਸੇ 300 ਰੁਪਏ ਰਜਿਸਟਰਾਲ ਸੀਗੀਆਂ ਸੀਗੇ, 50 ਰੁਪਏ ਦੀ ਸਿਰਫ ਚੋਕਲੇਟ ਲਈ, ਇੱਕ ਉਹ ਅੱਧੀ ਖਾਧੀ ਮੈਂ, ਅੱਧੀ ਲਈ ਆਈ, ਮੈਨੂੰ ਦਿਖਾਈ ਨਹੀਂ ਹੋਈ ਇੰਨੀ ਚੋਕਲੇਟ। ਸਾਰਿਆਂ ਨੇ, ਸਾਰੇ ਅਸੀਂ 5 ਜਣੇ ਨੇ ਚੋਕਲੇਟ ਲਈ, ਸਾਰਿਆਂ ਨੇ ਚੋਕਲੇਟ ਖਾ ਲਈ, ਦਿਖਾਈ ਨਾ ਹੋਵੇ ਚੋਕਲੇਟ। ਚਲੋ ਬਾਕੀ ਘਰ ਜਾ ਕੇ, ਘਰ ਜਾ ਕੇ ਕਰਦੇ ਗੱਲਾਂ, ਛੋਲੇ ਭਟੂਰੇ ਮਿਲੇ। ਚਲੋ ਠੀਕ, ਘਰ ਜਾ ਕੇ ਕਰਦੇ ਗੱਲਾਂ, ਬਾਕੀ ਘਰ ਜਾ ਕੇ। ਚਲੋ ਫਿਰ ਆਪਾਂ ਘਰ ਪਹੁੰਚ ਚੱਲੇ ਆ, ਤੇ ਹੁਣ ਆਪਾਂ ਘਰ ਜਾ ਕੇ ਬਣਾਉਂਦੇ ਆ ਵਲੌਗ ਤੇ ਦੱਸਦੇ ਆ ਕੀ ਮਜ਼ਾ ਆਇਆ। ਮਜ਼ਾ ਕਿੰਨਾ ਆਇਆ ਤੁਹਾਨੂੰ ਮੂਵੀ 'ਚ? ਮਜ਼ਾ ਤਾਂ ਆਇਆ ਪਰ ਥੱਕ ਬਹੁਤ, ਥਕਾਵਟ ਹੋਣੀ ਸੀ ਗਰਮੀ ਵੀ, ਪਰ ਉੱਥੇ ਤਾਂ ਗਰਮੀ ਲੱਗੀ ਨਹੀਂ, ਅੰਦਰ ਤਾਂ ਨਹੀਂ ਲੱਗੀ ਹੋਣੀ, ਬਾਹਰ ਤਾਂ ਲੱਗਣੀ ਆ। ਮਤਲਬ ਜਿਹੜੇ ਬੱਚੇ ਆ ਨਾ ਦੂਸਰੇ ਹਾਊਸ ਯੂਨੀਫਾਰਮ 'ਚ ਸੀਗੇ ਉਹ ਸਾਰੇ ਸਕੂਲ ਆਏ ਸੀਗੇ, ਤੇ ਜਿਹੜੇ ਉੱਥੇ ਗਏ ਸੀ ਸਾਰੇ ਨੇ ਹੀ ਯੂਨੀਫਾਰਮ ਪਾਈ ਸੀਗੀ। ਠੀਕ ਆ ਚਲੋ ਹੁਣ ਪਹੁੰਚਦੇ ਆ, ਮਿਲਦੇ ਘਰ ਪਹੁੰਚ ਗਏ ਆ ਘਰੇ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਉਹਨਾਂ ਨੇ ਅੰਦਰ ਕੁਛ ਨਹੀਂ ਲਿਜਾਣ ਦੇਣਾ, ਤੁਸੀਂ ਇੱਥੋਂ ਜੋ ਮਰਜ਼ੀ ਲੈ ਜਾਓ, ਉਹ ਵੱਖਰੀ ਗੱਲ ਆ, ਲਕੋਗੇ ਉਹ ਵੱਖਰੀ ਗੱਲ, ਲਕੋਗੇ ਲੈ ਗਏ ਸਿੱਧੀ ਤਰ੍ਹਾਂ ਬੈਠਣ ਵਾਲੇ, ਉਹ ਵੱਖਰੀ ਗੱਲ ਲਕੋਗੇ ਲੈ ਗਏ। ਹਾਂ ਫਰਿੱਜ ਰੱਖ ਇਹਨੂੰ, ਫਰਿੱਜ ਕੋਈ ਨੀ, ਫਰਿੱਜ ਫਰਿੱਜ ਰੱਖ ਦੇ ਇਹਦੇ, ਟਿਸ਼ੂ ਪੇਪਰ ਸਮੇਤ ਜਦੋਂ ਜੰਮ ਗਈ ਆਪ ਹੀ ਇਕੱਲੀ ਹੋ ਜਾਣੀ ਆ। ਮੋਟੀ ਕਿੱਦਾਂ ਹੋਇਆ, ਕਿੰਨਾ ਮਜ਼ਾ ਆਇਆ, ਮੂੰਹ ਕਹਿ ਨੂੰ ਕਰੀਏ ਕਹਿ। ਨਾ ਪੰਗੇ ਲੈ, ਚਲੋ ਬਦਲੋ ਕੱਪੜੇ ਕੁਪੜੇ ਬਦਲੋ ਤੇ ਚਲੋ। ਤੂੰ ਹੀ ਉਹਦੀ ਭੈਣ ਆ, ਮੈਂ ਤਾਂ ਗੋਰਾ ਤੂੰ ਹੀ ਉਹਦੀ ਭੈਣ ਆ।
ਇਹ ਵੀ ਇਦਾਂ ਹੀ ਆ। ਚਲੋ ਚਲੋ ਠੀਕ ਹੈ ਜੀ, ਕੱਪੜੇ ਕੁਪੜੇ ਕਰੋ ਚੇਂਜ ਹੁਣ। ਲਓ ਜੀ ਰੋਟੀ ਆ ਗਈ ਆ, ਤੇ ਹੁਣ ਲੱਗੇ ਆਪਾਂ ਰੋਟੀ ਖਾਣ। ਸਿੱਧੇ ਹੋ ਕੇ ਬੈਠ, ਤੇ ਲੱਗੇ ਆ ਰੋਟੀ ਪਾਣੀ ਖਾਣ। ਹਾਂਜੀ ਉੱਠ ਜਾਓ ਭੈਣ ਜੀ, ਸਿੱਧੇ ਹੋ ਜਾਓਗੇ, ਬਹਿ ਜਾਓ। ਰੋਟੀ ਨਹੀਂ ਖਾਣੀ, ਰਾਜਮਾਂਹ ਚਾਵਲ ਆ ਠਹਿਰ ਕੇ ਖਾ ਲਈ, ਠਹਿਰ ਕੇ ਖਾ ਲਈ। ਢਿੱਡ ਭਰਿਆ ਵੇ ਕਿਉਂ ਜੀ? ਕਹਿੰਦੀ ਮੇਰਾ ਢਿੱਡ ਬਹੁਤ ਭਰਿਆ ਹੋਇਆ ਆ, ਤੇ ਮੈਂ ਕਿਹਾ ਜੀ ਢਿੱਡ ਭਰਿਆ ਤੇ ਠਹਿਰ ਕੇ ਖਾ ਲਈ ਫਿਰ। ਚੀਕਾਂ ਥੋੜੀਆਂ ਮਾਰੀਆਂ ਆ। ਲਓ ਜੀ ਲਾ ਦਿਆਂਗੇ, ਕੋਈ ਗੱਲ ਨਹੀਂ, ਵਲੌਗ ਦੇ ਐਂਡ 'ਚ ਫੋਟੋਆਂ ਲਾ ਦਿਆਂਗੇ। ਆਹੋ ਜੇ ਆ ਗਈਆਂ ਤਾਂ ਲਾ ਦਿਆਂਗੇ ਨਾ। ਚਲੋ ਤੇ ਲਓ ਜੀ ਹੁਣ ਰਾਜਮਾਂਹ ਚਾਵਲ ਖਾਣ ਲੱਗਿਆਂ ਰੋਟੀ। ਉੱਦਾਂ ਤਾਂ ਕਹਿੰਦੀ ਮੇਰਾ ਢਿੱਡ ਭਰਿਆ ਹੋਇਆ, ਪਰ ਫਿਰ ਵੀ ਕਹਿੰਦੀ ਮੈਂ ਭਟੂਰੇ ਖਾ ਕਿ ਜਗ੍ਹਾ ਹੈ ਨਹੀਂ, ਪਰ ਰਾਜਮਾਂਹ ਚਾਵਲ ਖਾਣੇ ਹੀ ਖਾਣੇ ਆ। ਲਓ ਜੀ ਰੋਟੀ ਚਾਵਲ ਸੈਲਡ। ਚਲੋ ਮਿਲਦੇ ਹਾਂ ਜੀ ਹੁਣ ਤੁਹਾਨੂੰ ਰੋਟੀ ਪਾਣੀ ਖਾ ਕੇ। ਅਸੀਂ ਵੀ ਲੱਗੇ ਹਾਂ ਹੁਣ, ਨਿਆਣੇ ਜੋ ਮਰਜ਼ੀ ਖਾਈ ਜਾਣ, ਤੂੰ ਪਹਿਲਾਂ ਆਪਣੀ ਰੋਟੀ ਖਾ ਲਾ, ਬਾਕੀ ਗੱਲਾਂ ਬਾਅਦ 'ਚੋਂ। ਚਲੋ ਰਾਜਮਾਂਹ ਚਾਵਲ ਬਹੁਤ, ਹਾਂ ਰਾਜਮਾਂਹ ਚਾਵਲ ਬਹੁਤ ਟੇਸਟੀ ਬਣੇ ਆ। ਹਾਂ ਵੀ ਕਿੱਦਾਂ ਦੇ, ਮੈਂ ਵੀ ਖਾਣ ਦੇ ਨਾਲ ਬਹੁਤ ਵਧੀਆ ਟੇਸਟ, ਥੈਂਕ ਯੂ ਵੈਰੀ ਮੱਚ, ਬਹੁਤ ਵਧੀਆ ਖਵਾਉਣ ਲਈ। ਕਿੱਦਾਂ ਦੇ ਲੱਗੇ? ਚਲੋ ਠੀਕ ਆ ਜੀ। ਇੱਧਰ ਹੁਣ ਚੱਲਣ ਲੱਗਾ ਸ਼ੂਟ। ਪਾਪਾ ਉਹ ਪਾਪਾ ਕਿੱਦਾਂ ਫੇ, ਇੱਧਰ ਹੁਣ ਲੱਗਾ ਸ਼ੂਟ, ਮੂੰਹ ਵੇ ਕਿੱਦਾਂ ਬਣਾਉਂਦਾ। ਤੇ ਪਾਪਾ ਕਰਨ ਲੱਗੇ ਆ, ਤੇ ਆਪਾਂ ਗਾਵਾਂਗੇ BTS। ਮੰਮੀ ਤੂੰ ਸਿੱਧੀ ਕਰ ਲੋ, ਥੋੜੀ ਹੋਰ ਸਿੱਧੀ, ਮੰਮੀ ਤੂੰ ਸਿੱਧੀ ਕਰ, ਮੰਮੀ ਤੂੰ ਟੇਢੀ ਜਾਂਦੀ ਹਮੇਸ਼ਾ, ਹਨਾ ਬਈ ਮੰਮੀ ਹੈ, ਹਨਾ ਬਈ। ਚਲੋ ਯਾਰ ਬਣਾ ਲੋ ਵੀਡੀਓ, ਜਲਦੀ ਬਣਾ ਲੋ ਫਿਰ ਨੈਕਲੈਸ ਆ, ਮੈਂ ਦੇਖਦੀ ਸੀ ਕਿੰਨਾ ਸੋਹਣਾ ਆ। ਮੈਂ ਬੋਲੋ
ਦਾਦੀ ਆਇਆ ਪਏ ਹੋ ਕੁਛ ਨੀ ਆਂਦਾ ਹੈਗਾ ਕੀ ਹੋਇਆ ਤੁਸੀਂ ਕਹਿਣਾ ਆ ਵੇਖ ਕਿੰਨਾ ਸੋਹਣਾ ਆ ਨੈਕਲੈਸ ਵਾਹ ਬਾਕੀ ਜੇ ਤੁਸੀਂ ਵੀ ਖੇਡਣਾ ਚਾਹੁੰਦੇ ਹੋ ਅੱਜ ਤੁਹਾਨੂੰ ਇੰਨਾ ਵਧੀਆ ਬਣਿਆ ਇੰਨੇ ਖਰਾਬ ਕਰ ਦਿੱਤਾ ਜੇ ਤੁਸੀਂ ਵੀ ਗੇਮ ਖੇਡਣਾ ਚਾਹੁੰਦੇ ਹੋ ਆਇਆ ਤੁਹਾਨੂੰ ਦੱਸਦੇ ਗੇਮ ਕਿੱਦਾਂ ਖੇਡਣੀ ਹੈ ਬਸ ਬਹੁਤ ਨਕਲੀ ਪੈਸੇ ਲੈ ਕੇ ਆਇਆ ਚਿਲਡਰਨ ਬੈਂਕ ਆਫ ਇੰਡੀਆ ਤੋਂ ਪੈਸੇ ਲੈ ਕੇ ਆਇਆ ਮੰਮੀ ਲੈ ਕੇ ਆਏ ਸੂਟ ਪਹਿਲਾਂ ਵੀ ਨੀ ਮੈਂ ਸੀਤਾ ਲੈ ਚੱਲ ਕੋਈ ਨਾ ਦੇਖ ਕਿਹਦੇ ਵਾਸਤੇ ਚੱਲ ਗਿਆ ਮੈਂ ਓਏ ਆ ਗਈ ਮੇਰੀ ਮੈਗੀ ਇੱਕ ਵਾਲੀ ਨਹੀਂ ਕਿਹਦੇ ਵਾਸਤੇ ਆ ਓ ਆ ਸੂਟ ਆ ਮੰਮੀ ਦਾ ਤੇ ਮੰਮੀ ਨੂੰ ਸੀਣਾ ਪਾਉਣਾ ਵੀ ਪੈਣਾ ਆ ਇਹ ਬੰਦਾ ਪਤਾ ਕੀ ਕਰੀ ਜਾਂਦਾ ਲੈ ਚਲੋ ਬਣਾ ਦਿਓ ਫਿਰ ਮੈਂ ਆ ਬਣਾਈ ਹਾਂ ਪਾਣੀ ਰੱਖਿਆ ਹੋਇਆ ਆ ਬਣਨੀ ਹੈ ਮੈਗੀ ਮੰਮੀ ਚਲੋ ਓਕੇ ਆ ਗਿਆ ਤੇ ਮੰਮੀ ਨੇ ਵੀ ਮੇਰੇ ਖਾਣ ਦੇ ਲਗਾ ਜਲੇਬੀਆਂ ਕਮਾਲ ਹੋ ਜਾਂਦਾ ਮੁੰਡੇ ਤੂੰ ਜਲੇਬੀ ਨੀ ਖਾਣੀ ਜਲੇਬੀ ਗਰਮ ਮੈਂ ਤੋੜੀ ਤੋਂ ਚਾਸ਼ਨੀ ਮੇਰੇ
ਨੱਕ ਤੇ ਵੱਜੀ ਆ ਗਰਮੀ ਨੱਕ ਤੇ ਵੱਜੀ ਤੇ ਲਖਾਓ ਯਾਰ ਜਲੇਬੀਆਂ ਸ਼ਲੇਬੀਆਂ ਲਓ ਜੀ ਸੂਟ ਦੀ ਹੋ ਰਹੀ ਆ ਕਟਿੰਗ ਤੇ ਟਾਈਮ ਹੋ ਗਿਆ ਆ 7 ਤੇ ਮੈਂ ਇਹਨਾਂ ਨੂੰ ਹੁਣ ਇਹ ਕਹਿ ਰਿਹਾ ਵੀ ਤਿਆਰ ਤੂਰ ਹੋ ਜਾਓ 7:30 ਵਜੇ ਤੱਕ ਵੀ ਆਪਾਂ ਜਾਈਏ ਅੱਜ ਜਾਣਾ ਪੱਲੂ ਡੋਸਾ ਖਾਣ ਤੇ 7:30 ਜਾਈਏ ਫਿਰ ਬਣਾਉਣ ਨੂੰ ਵੀ ਉੱਥੇ ਟਾਈਮ ਲੱਗ ਜਾਂਦਾ ਆ 8:30 ਤੱਕ 9 ਵਜੇ ਤੱਕ ਮੁੜ ਆਈਏ ਫਿਰ ਆ ਕੇ ਕੋਈ ਆਪਣਾ ਕੰਮ ਕੁੰਮ ਕਰੀਏ ਹੈ ਤੇ ਹਰਮਨ ਨੂੰ ਫੋਨ ਕਰਦਾ ਵੀ ਆ ਵੀ ਆ ਜਾਵੇ ਘਰੇ ਤੇ ਤੁਸੀਂ ਵੀ ਇਹਨੂੰ ਛੱਡ ਕੇ ਤੇ ਹੁਣ ਤਿਆਰ ਹੋ ਜਾਓ ਪਹਿਲਾਂ ਠੀਕ ਆ ਹਾਂ ਬਸ ਇਹਨੂੰ ਕਰਕੇ ਤੇ ਕਟਿੰਗ ਕਰਕੇ ਨਾ ਮੋਟੀ ਤੂੰ ਵੀ ਤਿਆਰ ਹੋਣਾ ਕਿ ਨਹੀਂ ਕਿੱਧਰ ਜਾਣਾ ਆ ਚਲੋ ਫਿਰ ਹੋਵੋ ਤਿਆਰ ਸ਼ਿਆਰ ਰੈਡੀ ਗਰਮੀ ਤਾਂ ਹੈਗੀ ਆ ਬਹੁਤ ਹਾਂਜੀ ਹੋ ਗਿਆ ਰੈਡੀ ਹਲ ਹਲ ਲੈ ਕੇ ਜਾਣਾ ਵਾ ਚਲੋ ਹਾਂ ਮੋਟੀ ਰੈਡੀ ਰੈਡੀ ਹਾਂਜੀ ਮਾਤਾ ਕਿੱਦਾਂ ਕਿੱਥੇ ਹੋ ਗਿਆ ਤਿਆਰ ਕਿ ਨਹੀਂ ਹੈ ਓਕੇ ਓਕੇ ਆ ਜਾਓ ਫਿਰ ਤੁਸੀਂ ਕੀ ਲੜੀ ਜਾਂਦੇ ਆ ਫਿਰ ਆਪਸ ਹੈ ਤੁਹਾਨੂੰ ਲੜਨ ਤੋਂ ਇਲਾਵਾ ਕੋਈ ਕੰਮ ਨਹੀਂ ਹੈਗਾ ਦੋਵਾਂ ਜਾਣਿਆਂ ਨੂੰ ਚਲੋ ਉੱਠੋ ਫਿਰ ਲੜਨ ਤੋਂ ਇਲਾਵਾ ਕੰਮ ਹੀ ਹੈ ਨਹੀਂ ਕੋਈ ਚੱਲ ਫੜ ਯਾਰ ਫੋਨ ਫੋਨ ਫੜ ਆਪਾਂ ਚੱਲੇ ਹਾਂ ਤੇ ਚੱਲ ਯਾਰ ਤੇ ਮੰਮਾ ਕਿੱਦਾਂ ਵਧੀਆ ਚਲ ਹੁਣ ਆਪਾਂ ਚੱਲਦੇ ਹਾਂ ਡੋਸਾ ਖਾਣ ਤੇ ਮੌਸਮ ਹਲੇ ਦੇਣੀ ਆ ਚਲੋ ਚੱਲਦੇ ਹਾਂ ਫਿਰ ਹੁਣ ਡੌਗੀ ਡੌਗ ਬੈਠਾ ਸਕੂਟਰ ਤੇ ਖਾਣਾ ਸੀ ਡੋਸਾ ਮੰਮਾ ਹੁਣ ਜਦੋਂ ਹੁਣ ਰੋਟੀ ਆ ਗਈ ਆ ਤੇ ਅਸੀਂ ਉੱਥੋਂ ਉੱਠ ਕੇ ਇੱਥੇ ਆ ਗਏ ਕਿਉਂਕਿ ਮੱਛਰ ਬਹੁਤ ਆ ਹਰਮਨ ਤੂੰ ਕਾਹਤੋਂ ਹੱਥ ਧੋਣ ਗਿਆ ਤੂੰ ਕਿਹੜਾ ਖਾਣੀ ਆ ਚਲੋ ਯਾਰ ਫਿਰ ਹੁਣ ਸਾਡਾ ਵੀ ਆ ਜਾਵੇ ਖਾ ਲਓ ਹੁਣ ਆ ਗਿਆ ਸਾਡੇ ਰੈਪ ਤੇ ਹੁਣ ਖਾ ਲਈਏ ਫਿਰ ਰੋਟੀ ਰੋਟੀ ਫਿਰ ਬਣਾਉਂਦੇ ਹਾਂ ਵਲੌਗ ਤੇ ਇਹਦਾ ਵੀ ਆ ਗਿਆ ਚਲੋ ਜੀ ਹੁਣ ਲੱਗਾ ਹੀ ਆ ਪਹੁੰਚ ਗਏ ਜੀ ਘਰੇ ਹਾਂਜੀ ਲਓ ਜੀ ਸਾਰੇ ਜਾਣੇ ਬਹਿ ਗਏ ਜੀ ਥੱਕ ਹਾਰ ਗਏ ਹੁਣ ਇਹ ਅੱਜ ਬਾਹਲੀ ਥੱਕੀ ਆ ਕਿਉਂਕਿ ਸਵੇਰ ਦੀ ਗਈ ਹੋਈ ਸੀਗੀ ਤੇ ਚਲੋ ਕਰਦੇ ਹਾਂ ਇੱਥੇ ਵਲੌਗ ਦਾ ਐਂਡ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਮਿਲਾਂਗੇ ਜੀ ਤੁਹਾਨੂੰ ਹੁਣ ਇੱਕ ਨਵੇਂ ਅਗਲੇ ਵਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋਅ ਹੋਵੇ ਥੈਂਕ ਯੂ